ਬੱਚਿਆਂ ਦਾ ਹੁੰਦਾ ਨਾ 12 ਬਰਸ ਬਾਲਪਨ ਬੀਤੇ 20 ਬਰਸ ਕਛ ਤਪ ਨਾ ਕੀਓ 30 ਬਰਸ ਕਛ ਦੇਵ ਨੂੰ ਪੂਜਾ ਅਬ ਪਛਤਾਨਾ ਬਿਰਧ ਪਏ। ਜੇ ਮਹਾਰਾਜ ਦਾ ਜੀਵਨ ਪੜਿਆ ਤੇ ਉਹਦੇ ਵਿੱਚ ਭੁੱਖਿਆ ਸਤਿਗੁਰ ਮਹਾਰਾਜ ਆਉਣ ਪਿਤਾ ਕਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਸੰਗਤਾਂ ਨੇ ਭਾਈ ਗੁਰੂ ਦੇ ਚਰਨਾਂ ਵਿੱਚ ਪਹੁੰਚਿਆ ਸੰਗਤਾਂ ਦੂਰੋਂ ਦਾਗੀ ਢਾਡੀ ਜਥੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਂਦੇ ਹਾਂ। ਸਭ ਨੂੰ ਭਾਈ ਲੱਖ ਲੱਖ ਵਧਾਈਆਂ ਇਸ ਗੁਰਦੁਆਰਾ ਬਾਬਾ ਸਾਹਿਬ ਕੇ ਆਪ ਜੀ ਜ਼ਰੂਰ ਨਾਲ ਹੀ ਬਾਹਰ ਸੇਵਾ ਚੱਲ ਰਹੀ ਹੈ ਭਾਈ ਆਪਾਂ ਚੜ੍ਹ ਕੇ ਸੇਵਾ ਕਰੋ
ਸਿੰਘ ਜੀ ਦੇ ਚਰਨਾਂ ਵਿੱਚ ਹਰ ਗੁਰਵਾਸੀ ਅਤੇ ਮੱਸਾ ਵੀ ਮਨਾਈ ਜਾਂਦੀ ਹੈ ਅਤੇ ਸੰਤ ਮਹਾਤਮਾ ਅਤੇ ਹਰ ਕੀਰਤਨ ਸੰਗਤਾਂ ਨੂੰ ਸੁਣਾਉਂਦੇ ਹਨ, ਗੁਰਬਾਣੀ ਨਾਲ ਜੁੜਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਮਰਦਾਸ ਕੀ ਅਕਥ ਕਥਾ ਹੈ, ਏਕ ਜੀ ਕਿਛ ਕਹਿਣ ਨਾ ਜਾਈ, ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੁਹੇ ਬਣਿਆ ਹੈ। ਤਨ ਤਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਇਹ ਮਹਾਨ ਗੁਰਮਤਿ ਸਮਾਗਮ ਸਦ ਬਾਬਾ ਜੈ ਸਿੰਘ ਜੀ ਇਹਨਾਂ ਦੇ ਸਾਰੇ ਸੇਵਾਦਾਰਾਂ ਦੇ ਸਹਿਯੋਗ ਦੇ ਨਾਲ, ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਹਰ ਸਾਲ ਹੀ ਇੱਥੇ ਕਰਵਾਇਆ ਜਾਂਦਾ ਹੈ, ਬਿਨ ਸੰਗਤਾਂ ਹਾਜ਼ਰੀ ਭਰ ਕਰਕੇ ਲਾਹਾ ਲੈਂਦੀਆਂ ਨੇ। ਅੱਜ ਬਹੁਤ ਵੱਡਾ ਦਿਨ ਹੈ, ਦਾਸ ਵੱਲੋਂ ਫਰੀਦ ਫਾਊਂਡੇਸ਼ਨ ਵੱਲੋਂ ਬਾਬਾ ਜੈ ਸਿੰਘ ਜੀ ਨੂੰ ਇਸ ਸਮਾਗਮ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ। ਇਸੇ ਤਰ੍ਹਾਂ ਮੇਰੇ ਸਤਿਗੁਰੂ ਜੀ ਆਪਣੇ ਚਰਨਾਂ ਦੀ ਸੇਵਾ ਬਖਸ਼ਿਸ਼ ਕਰਨ, ਹਰ ਸਾਲ ਇਸੇ ਤਰ੍ਹਾਂ ਗੁਰਮੁਖ ਸਮਾਗਮ ਮਨਾਉਣ ਦਾ ਬਹੁਤ ਸਭਨਾਂ ਨੂੰ ਇੱਕ ਵਾਰੀ ਫਿਰ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।